ਜੀ ਦੋਸਤੋ ਐਮਡੀ ਜੋਬ ਅਲਰਟਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਕ ਹੋਰ ਨਵਾਂ ਸਮੇਂ ਇਸ ਵੰਦੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਜਿਤੇ ਵਿੱਚ ਲਗਭਗ 432 ਪੋਸਟਾਂ ਨੇ ਤੁਹਾਨੂੰ ਪੂਰੀ ਕੰਪਲੀਟ ਜਾਣਕਾਰੀ ਦੇਵਾਂਗੇ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸਾਡਾ ਟੈਲੀਗ੍ਰam ਚੈਨਲ ਹੈ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਜੋ ਜਿਸ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇ ਦੇਵਾਂਗਾ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਇੱਕ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਉਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅਗਰ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਨੂੰ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਾਮੀ ਸੰਬੰਧੀ ਜਾਣਕਾਰੀ, ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਜੋ ਅੱਜ ਦਾ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਪਰਿਵਾਰ ਕਲਿਆਣ ਪਾਵਨ ਜੋ ਸੈਕਟਰ 34 ਚੰਡੀਗੜ੍ਹ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਿਰਫ ਸਿੱਧੀ ਹੀ ਇੰਟਰਵਿਊ ਹੋਵੇਗੀ ਕੋਈ ਵੀ ਲਿਖਤੀ ਪੇਪਰ ਨਹੀਂ ਹੋਵੇਗਾ ਤੇ ਲਗਭਗ ਜੋ ਅਸਾਮੀਆਂ ਦੀ ਗਿਣਤੀ ਹੈ 423 ਅਸਾਮੀਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਕਿਹੜੀਆਂ-ਕਿਹੜੀਆਂ ਉਹ ਅਸਾਮੀਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜਿਦੇ ਵਿੱਚ ਸਭ ਤੋਂ ਪਹਿਲੀ ਪੋਸਟ ਹੈ ਐਨੈਸਥੀਸ਼ੀਆ ਦੀ ਪੋਸਟ ਹੈ ਜਿਸ ਦੇ ਵਿੱਚ 88 ਜੋ ਅਸਾਮੀਆਂ ਦੀ ਗਿਣਤੀ ਹੈ उस मैडिसन की पोस्ट है उस चुरासी असामिया की गिनती है उसके बाद mm. पैडियट्रिक्स की पोस्ट है उसके लिए अठासी असामिया की गिनती है चौथे नंबर के जनरल सर्जरी की पोस्ट है उस चुरंजा असामिया की गिनती है गाइनो गाइनीकोलोजिस्ट की पोस्ट है उसके लिए पचासी असामिया की गिनती है रेडियोलॉजी के लिए चौबीस असामिया की गिनती है इसके असामिया की गिनती चार चार सौ तेई है ਤੁਸੀਂ ਨਾ ਸਮਿਆਂ ਦੇ ਲਈ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜੋ ਅਪਲਾਈ ਕਿਵੇਂ ਕਰਨਾ ਹੈ ਤੁਸੀਂ ਇਹਨਾਂ ਦੀ ਜੋ ਵੈਬਸਾਈਟ ਹੈ health.punjab.gov.in ਦੇ ਉੱਤੇ ਤੁਸੀਂ ਵਧੇਰੇ ਇਹ ਜਾਣਕਾਰੀ ਵੀ حاصل ਕਰ ਸਕਦੇ ਹੋ ਦੋਸਤੋ ਉਸ ਦੇ ਉੱਪਰ ਬਿਨੇ ਪੱਤਰ ਹੈ ਉਹ ਤੁਸੀ ਭਰਨਾ ਹੈ ਤੇ ਉਸ ਦੇ ਲਈ ਇੰਟਰਵਿਊ ਦਾ ਮਤੀ ਸਥਾਨ ਯੋਗਤਾ ਬੇਰਵੇ ਤਜਰਬਾ ਤੇ ਖਾਲੀ ਸਾਮੀਆਂ ਬਾਰੇ ਕੈਟਾਗਰੀ ਵਾਈਜ਼ ਹੈ ਜੋ ਲਿਸਟ ਹੈ ਉਹ ਵੀ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਉਸ ਦੇ ਉੱਤੇ ਹੈ ਤੁਸੀਂ ਉਸ ਤੋਂ ਤੁਸੀ ਡਾਊਨਲੋਡ ਕਰ ਸਕਦੇ ਹੋ ਦੇਖ ਸਕਦੇ ਹੋ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਿਓ ਧੰਨਵਾਦ